I'm about to leave my little dog. ਮੇਰੇ ਚਾਰ ਬੱਚੇ ਨੇ ਜੀ, ਤਿੰਨ ਬੇਟੀਆਂ ਨੇ, ਇੱਕ ਬੇਟਾ। ਭਤੀਜਾ ਹੈ। ਕਿਸ ਤਰ੍ਹਾਂ ਦੇਖਦੇ ਹੋ ਨਕਲੀ ਸ਼ਰਾਬ ਕਰਕੇ ਮੌਤਾਂ ਹੋ ਰਹੀਆਂ ਲਗਾਤਾਰ? ਸਾਡਾ ਤਾਂ ਜੀ ਬਹੁਤ ਨੁਕਸਾਨ ਹੋ ਰਿਹਾ ਜੀ, ਅਨਾਜ ਦੀ ਬੋਤਲ ਦਾਰੂ ਨਾਲ, ਨਕਲੀ ਬੋਤਲ ਉਦੋਂ ਮਿਲਦੀ ਹੈ ਜੀ। ਸੰਤਾਂ ਇਨਸਾਫ ਨਹੀਂ ਨਾ ਚਾਹੀਦਾ, ਸਾਡੇ ਬੱਚਿਆਂ ਦਾ ਕੁਛ ਬਣੇ। ਮੇਰੀ ਬੇਟੀਆਂ ਕੰਮ ਕਰ ਕਰਕੇ ਪੜੀਆਂ ਨੇ ਵਿਚਾਰੀਆਂ, ਉਹਨਾਂ ਨੂੰ ਨੌਕਰੀ ਮਿਲੇ, ਮੇਰੇ ਬੱਚੇ ਨੂੰ ਨੌਕਰੀ ਮਿਲੇ, ਸਾਨੂੰ ਪਰਿਵਾਰ ਨੂੰ ਸਹਾਇਤਾ ਦੇ। ਮੈਂ ਤਾਂ ਕੁਛ ਨਹੀਂ ਕਰ ਸਕਦੀ। ਸਖਤ ਤੋਂ ਸਖਤ ਕਾਰਵਾਈ ਹੋਈ ਆ। ਬੱਚੇ ਤਿੰਨ ਨੇ ਜੀ, ਦਰਮੀਤ ਸਿੰਘ ਸੀ ਮੇਰੇ ਘਰ ਵਾਲੇ ਦਾ, ਘਰ ਵਾਲੇ ਦਾ ਨਾਂ ਗੁਰਮੀਤ ਸਿੰਘ ਸੀ, ਮੇਰਾ ਨਾਂ ਲਕਸ਼ਮੀ ਦੇਵੀ। ਠੀਕ ਹੈ ਜੀ। ਮੇਰੇ ਗੁੱਡੀਆਂ ਨੇ, ਇੱਕ ਮੇਰੇ ਕਾਕਾ, ਮੇਰੇ ਲੱਗ ਸੀ। ਆਰਥਿਕ ਸਥਿਤੀ ਕਿਵੇਂ ਕਰਦੀ? ਦਿਹਾੜੀ ਕਰਦੇ ਸੀ ਜੀ, ਸਪਰੇਅ ਦੀ ਮਜ਼ਦੂਰੀ ਕਰਦੇ ਸੀ। ਮੈਂ ਵੀ ਦਿਹਾੜੀ ਕਰ ਰਹੀ ਹਾਂ, ਬੱਚੇ ਪੜ੍ਹ ਰਹੇ ਨੇ। ਹਾਂ, ਉਹੀ ਕਮਾਉਣ ਵਾਲੇ ਸੀਗੇ, ਮਤਲਬ ਉਹੀ ਰਹੇ ਨਹੀਂ ਹੈਗੇ, ਦਿਹਾੜੀ ਗਦਾਰ ਆ ਬਸ। ਤੁਸੀਂ ਕੀ ਮੰਗ ਕਰਦੇ? ਮੰਗ ਤਾਂ ਇਹੀ ਕਰਦੇ ਵੀ ਮੇਰੇ ਬੱਚਿਆਂ ਦਾ ਕੁਛ ਬਣਨਾ ਚਾਹੀਦਾ। ਸਾਡੇ ਤਾਂ ਬਹੁਤ ਦੁੱਖ ਦੀ ਘੜੀ ਹੈ ਜੀ, ਪੂਰਾ ਸੋਗ ਆ ਪਿੰਡ 'ਚ। ਕੁਛ ਸਾਡੇ ਨਸ਼ਾ ਆਇਆ ਜ਼ਹਿਰੀਲਾ, ਸਾਨੂੰ ਨਹੀਂ ਪਤਾ ਕਿੱਥੋਂ ਆਇਆ, ਕਿੱਥੇ ਵਿਕਦਾ ਗਾ, ਸਾਨੂੰ ਕੋਈ ਪਤਾ ਨਹੀਂ। ਦੇਖ ਸਾਡੇ ਪਿੰਡ ਦੇ ਵਿੱਚ ਇਹ ਹਵਾ ਵਾਪਰੀ ਵੀ ਜਿਹੜੀ ਸਾਨੂੰ ਆ ਮੌਤ ਦੀ ਘੜੀ ਦੇਖਣੀ ਪਈ। ਸਾਡੇ ਕੁਛ ਤਾਂ ਮੈਡੀਸਨ ਚੱਲ ਰਿਹਾ ਉਹਨਾਂ ਦਾ, ਪਟਿਆਲੇ ਦਾਖਲ ਪਏ ਨੇ, ਕੁਛ ਚਾਚਾ ਭਤੀਜਾ ਦੋ ਇਹਨਾਂ ਦੇ ਬੱਚੇ ਨੇ, ਦੇਖਾ ਕੁਛ ਨਹੀਂ ਇਹ ਕਰ ਸਕਦੇ। ਇਹਨਾਂ ਦੇ ਪਰਿਵਾਰ ਉੱਜੜ ਗਏ, ਘਰ ਉੱਜੜ ਗਏ ਇਹਨਾਂ ਦੇ, ਇਹਨਾਂ ਦੇ ਕੋਈ ਸਹਾਰਾ ਨਹੀਂ ਰਿਹਾ। ਇਹਨਾਂ ਨੂੰ ਵੀ ਮੰਗ ਕਹਿੰਦੇ ਹਾਂ ਵੀ ਮੰਗ ਮਿਲਣੀ ਚਾਹੀਦੀ ਇਹਨਾਂ ਨੂੰ ਕੋਈ ਮਦਦ ਵੱਲੋਂ। ਉਹਨਾਂ 'ਤੇ ਵੀ ਨੱਥ ਪਾਓ ਜਿਹੜਾ ਇਹੋ ਜਿਹਾ ਜ਼ਹਿਰੀਲਾ ਨਸ਼ਾ ਵੇਚਦੇ ਨੇ, ਉਹਨਾਂ 'ਤੇ ਵੀ ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਆ। ਦੇਖਾ ਅਸੀਂ ਇਹੀ ਸਰਕਾਰਾਂ ਕਹਿੰਦੀ ਵੀ ਤੁਹਾਡੇ ਕਹਿੰਦੀ ਵੀ ਬਾਈ ਸਾਡੇ ਜਿਹੜੇ ਵੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਇਹਨਾਂ ਨੂੰ ਕੋਈ ਮਦਦ ਦੀ ਫਰਿਆਦ ਲੈ ਕੇ ਕੋਈ ਅੱਗੇ ਛੱਡ ਕੇ ਹੋਵੇ। ਇੱਕ ਤਾਂ ਜੀ ਦੋ ਬੱਚੇ, ਦੋ ਗੁੱਡੀਆਂ, ਇੱਕ ਮੁੰਡਾ ਗਾ, ਚਾਚਾ ਭਤੀਜਾ ਇੱਕ ਕਰਦੇ ਨੇ, ਚਾਚਾ ਭਤੀਜਾ ਸਕੇ ਨੇਗੇ, ਇੱਕ ਚਾਚਾ ਗਾ ਜਿਹੜਾ ਉਹਨਾਂ ਦੇ, ਤਿੰਨ ਗੁੱਡੀਆਂ ਇੱਕ ਮੁੰਡਾ ਗਾ, ਦੋ
ਸਾਰੇ ਘਰਾਂ ਦੇ ਕੋਈ ਕਮਾਉਣ ਵਾਲਾ ਕੋਈ ਬੱਚੇ ਹਜੇ ਪੜ੍ਹਦੇ ਨੇ, ਨਿਆਣੇ ਦੀ ਦਿਹਾੜੀ ਜੋਤਾ ਕਰਕੇ ਵਿਚਾਰੇ ਟਾਈਮ ਪਾਸ ਕਰਦੇ ਨੇ। ਮੇਰਾ ਨਾਮ ਜੀ ਧਰਮਪਾਲ ਸਿੰਘ, ਕ੍ਰਾਂਤੀਕਾਰੀ ਪਿੰਡ ਜਨਰਲ ਸਕੱਤਰ। ਕਿਸ ਤਰ੍ਹਾਂ ਦੇਖਦੇ ਸੁਨਾਮ ਦੇ ਟਿੱਬੀ ਬਸਤੀ 'ਚ ਲਗਾਤਾਰ ਨਕਲੀ ਸ਼ਰਾਬ ਕਰਕੇ ਮੌਤ ਦਾ ਸਿਲਸਿਲਾ ਥੰਮ ਨਹੀਂ ਗਿਆ? ਦੇਖੀਏ ਜੇ ਮੌਤੋਂ ਕੀ ਜੋ ਦਰ ਹੈ ਵੋ ਦਿਨੋ ਦਿਨ ਬੜ ਰਹੀ ਹੈ, ਜਹਾਂ ਪੇ ਜੋ ਕੱਲ੍ਹ ਵੀ ਜੋ ਆਜ ਵੀ ਮੌਤੇ ਹੋਈ ਹੈ, ਇਸਕੇ ਲੀਏ ਲਗਾਤਾਰ ਹਮ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਕੀ ਔਰ ਸੇ ਜੋ ਪਰਿਵਾਰ ਕੇ ਉਹ ਇਨਸਾਫ ਦਿਵਾਨੇ ਕੀ ਲਗਾਤਾਰ ਸੰਘਰਸ਼ ਕੋ ਜਾਰੀ ਕੀਆ ਹੁਆ ਹੈ, ਜਹਾਂ ਪੇ ਵੱਖ ਵੱਖ ਜੋ ਪੋਲੀਟੀਕਲ ਪਾਰਟੀ ਸੇ ਆਗੂ ਸਾਹਿਬਾਨ ਹੈ ਵੋ ਪਹੁੰਚ ਰਹੇ ਹੈ। ਲੇਕਿਨ ਜੇ ਸੰਘਰਸ਼ ਤਬ ਤੱਕ ਜਾਰੀ ਰਹੇਗਾ ਜਬ ਤੱਕ ਪਰਿਵਾਰੋ ਕੋ ਬਣਤਾ ਮੁਆਵਜ਼ਾ, ਦੋਸ਼ੀਓ ਕੀ ਗ੍ਰਿਫਤਾਰੀ ਔਰ ਬੱਚੋਂ ਕੇ ਲੀਏ ਕੋ ਸਰਕਾਰ ਕਿਸੇ ਰੁਜ਼ਗਾਰ ਕਾ ਪ੍ਰਬੰਧ ਨਹੀਂ ਕਰਤੀ। ਦੇਖੀਏ ਅਗਰ ਡਿਸਟ੍ਰਿਕਟ ਸੰਗਰੂਰ ਕੀ ਬਾਤ ਕਰੀਏ ਤੋ ਜਿਸਮੇ ਗਾਓ ਗੁਜਰਾਂ ਮੇਂ 9 ਮੌਤੇ ਹੋ ਚੁੱਕੀ ਹੈ, ਜਹਾਂ ਰਵਿਦਾਸਪੁਰਾ ਟਿੱਬੀ ਮੇਂ ਤਕਰੀਬਨ 9 ਸੇ ਪਲੱਸ ਮੌਤੇ ਹੋ ਚੁੱਕੀ ਹੈ, ਇਸਕੇ ਇਲਾਵਾ ਜਖੇਪਲ ਗਾਓ ਮੇਂ ਉਸਮੇਂ 3 ਮੌਤੇ ਹੋ ਚੁੱਕੀ ਹੈ, ਜੇ ਸਭੀ ਮੌਤੇ ਯਾਨੀ ਗਿਣਤੀ ਹੈ ਜੋ 20 ਸੇ ਪਲੱਸ ਹੋ ਚੁੱਕੀ ਹੈ। ਸੁਨਾਮ 'ਚ ਜਿਹੜੇ ਇੰਸੀਡੈਂਟ ਟਿੱਬੀ ਰਵਿਦਾਸ ਹੋਇਆ ਉਹਨਾਂ ਦੇ ਵਿੱਚ ਜਿੰਨੇ ਵੀ ਮਾਮਲੇ ਜਿਹੜੇ ਹੋਏ, ਕੁਛ ਬੰਦੇ ਅਜੇ ਜ਼ੀਰੇ ਇਲਾਜ ਨੇ ਅਤੇ ਜਿਨ੍ਹਾਂ ਦੀ ਡੈਥ ਹੋਈ ਹੈ ਉਹਨਾਂ ਦੇ ਵਿੱਚ ਤਕਰੀਬਨ 70 ਲੋਕਾਂ ਦੇ ਪੋਸਟਮਾਰਟਮ ਹੋ ਚੁੱਕੇ ਨੇ ਅਤੇ ਉਹਨਾਂ ਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਦੀ ਬੋਡੀ ਜਿਹੜੀਆਂ ਹੈਗੀਆਂ ਨੇ ਉਹ ਵਾਰਸਾਂ ਦੇ ਹਵਾਲੇ ਕੀਤੀਆਂ ਹੋਈਆਂ ਨੇ। ਬਾਕੀ ਇਸ ਕੇਸ ਦੇ ਰਿਗਾਰਡਿੰਗ ਜਿਹੜੇ ਹੈਗੇ ਨੇ ਪਰਚੇ ਦਰਜ ਹੋਏ ਹੋਏ ਨੇ ਤਾਂ ਸੀਨੀਅਰ ਅਫਸਰਾਂ ਦੀ ਸੁਪਰਵਿਜ਼ਨ ਦੇ ਵਿੱਚ ਉਹਨਾਂ ਦੀਆਂ ਅਲੱਗ ਅਲੱਗ ਟੀਮਾਂ ਬਣਾ ਕੇ ਉਹਦੇ ਜਿਹੜੇ ਬੰਦਿਆਂ ਨੂੰ ਅਰੈਸਟ ਕੁਛ ਕੀਤਾ ਗਿਆ ਉਹ ਕਰ ਰਹੇ ਨੇ, ਜਿਨ੍ਹਾਂ ਬਾਰੇ ਸੀਨੀਅਰ ਅਫਸਰ ਜਾਣਕਾਰੀ ਸਾਰੀ ਸ਼ੇਅਰ ਕਰਨਗੇ। ਤਾਂ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਹਰ ਤਰੀਕੇ ਨਾਲ ਇਹਨੂੰ ਇਨਵੈਸਟੀਗੇਟ ਕਰਕੇ ਅਤੇ ਇਹਨੂੰ ਕੰਪਲੀਟ ਕੀਤਾ ਜਾਵੇ। ਕਿਹੜੇ ਕਿਹੜੇ ਥਾਣਿਆਂ ਦੇ ਵਿੱਚ ਜਿਹੜੇ ਮਾਮਲੇ ਦਰਜ ਹੋਏ ਹੈਗੇ? ਦਿੜਬੇ ਹੋਇਆ ਜੀ, ਚੀਮਿਆਂ ਔਰ ਜਿਹੜਾ ਹੈਗਾ ਸੁਨਾਮ ਦੇ ਵਿੱਚ ਪਰਚੇ ਦਰਜ ਨੇ ਜੀ। ਸਰ ਹੁਣ ਜੇ ਅਗਲੀ ਕਾਰਵਾਈ ਕੀ ਚੱਲ ਰਹੀ ਹੈ ਪੁਲਿਸ ਵੱਲੋਂ, ਕਿਉਂਕਿ ਲਗਾ ਪੁਲਿਸ ਵੱਲੋਂ ਇਹਦੀ ਇਨਵੈਸਟੀਗੇਸ਼ਨ ਕੰਪਲੀਟ ਕਰਨ ਵਾਸਤੇ ਸਾਰੀਆਂ ਅਲੱਗ ਅਲੱਗ ਟੀਮਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜੀ, ਉਹ ਆਪਣੇ ਆਪਣੇ ਐਂਗਲ ਤੋਂ ਸਾਰੇ ਹਰ ਇੱਕ ਐਂਗਲ ਤੋਂ ਇਹਨੂੰ ਇਨਵੈਸਟੀਗੇਟ ਕਰਕੇ ਇਹਦੀ ਇਨਵੈਸਟੀਗੇਸ਼ਨ ਪੂਰਾ ਕੀਤਾ ਜਾਊਗਾ। ਹੁਣ ਤੱਕ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਜਾ? ਇਹਦੇ ਬਾਰੇ ਜੀ ਉਹ ਸੀਨੀਅਰ ਅਫਸਰਾਂ ਤੋਂ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ ਵੀ ਮੈਂ ਉਹਦੇ ਬਾਰੇ ਕਿੰਨਿਆਂ ਦੀ ਅਰੈਸਟ ਹੋ ਚੁੱਕੀ ਹੈ ਸੀਨੀਅਰ ਅਫਸਰ ਹੀ ਦੱਸਣ। ਸਰ ਜਿਹੜੀ ਟੀਮ ਗਠਨ ਕੀਤੀ ਗਈ ਹੈ ਉਹ ਕਿਸ ਤਰ੍ਹਾਂ ਦੀ ਟੀਮ ਗਠਨ ਕੀਤੀ ਗਈ, ਕੌਣ ਕੌਣ ਅਧਿਕਾਰੀ ਇਹ 'ਚ ਸ਼ਾਮਿਲ ਕੀਤੇ? ਉਹਦੇ ਬਾਰੇ ਵੀ ਉਹ ਸੀਨੀਅਰ ਅਫਸਰਾਂ ਤੋਂ ਹੀ ਤੁਹਾਨੂੰ ਜਾਣਕਾਰੀ ਮਿਲੇਗੀ, ਕਿਉਂਕਿ ਸਾਡੇ ਲੈਵਲ 'ਤੇ ਸਾਨੂੰ ਤਾਂ ਜਿਸ ਤਰ੍ਹਾਂ ਇੰਸਟਰਕਸ਼ਨਸ ਅਸੀਂ ਆਪਣੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਬਾਕੀ ਜਿਹੜੇ ਸੀਨੀਅਰ ਅਫਸਰਾਂ ਦੀ ਜਿਹੜੀ ਇੰਸਟਰਕਸ਼ਨਸ ਨੇ ਜਾਂ ਹੈਗੀਆਂ ਨੇ ਜਾਣਕਾਰੀ ਉਹ ਸੀਨੀਅਰ ਅਫਸਰ ਵੱਲੋਂ ਹੀ ਦਿੱਤੀ ਜਾਏ। ਬੁੱਧਵਾਰ ਤੋਂ ਲਗਾਤਾਰ ਸਾਡੇ ਕੋਲ ਜਿਹੜੇ ਮਰੀਜ਼ ਆ ਰਹੇ ਨੇ ਉਹਨਾਂ ਦੀ ਗਿਣਤੀ ਹੈ ਜਿਹੜੀ 40 ਤੱਕ ਪਹੁੰਚ ਚੁੱਕੀ ਹੈਗੀ। 40 ਮਰੀਜ਼ਾਂ ਦੇ ਵਿੱਚੋਂ ਜੇ 20 ਮਰੀਜ਼ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈਗੀ, ਜੋ ਕਿ ਸਾਡੇ ਰਿਕਾਰਡ ਦਾ ਹੈਗਾ, ਰਿਕਾਰਡ ਦੇ ਵਿੱਚ ਦਰਜ ਹੈ। ਜਿਹੜੇ ਬਾਕੀ ਪੇਸ਼ੈਂਟ ਸੀਗੇ ਉਹਨਾਂ ਦੇ ਵਿੱਚੋਂ ਅਸੀਂ 11 ਮਰੀਜ਼ ਨੂੰ ਰਜਿੰਦਰ ਹਾਸਪਿਟਲ ਪਟਿਆਲਾ ਰੈਫਰ ਕਰ ਚੁੱਕੇ ਹਾਂ, ਜਿਨ੍ਹਾਂ ਦੀ ਜਿਹੜੀ ਹਾਲਤ ਹੈ ਅਜੇ ਸਟੇਬਲ ਹੈ ਜੀ, ਅਤੇ 6 ਮਰੀਜ਼ ਜਿਹੜੇ ਉਹ ਜ਼ਿਲ੍ਹਾ ਹਸਪਤਾਲ ਸੰਗਰੂਰ ਵਿੱਚ ਦਾਖਲ ਹਨ। ਬਾਕੀ 3 ਬੱਚੇ ਜਿਹੜੇ ਮਰੀਜ਼ ਨੇਗੇ ਉਹ ਬਿਨਾਂ ਇਲਾਜ ਕਰਵਾਏ ਡਾਕਟਰ ਦੀ ਸਲਾਹ ਤੋਂ ਬਿਨਾਂ ਹਸਪਤਾਲ ਛੱਡ ਕੇ ਚਲੇ ਗਏ ਨੇਗੇ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਹ ਬੜੀ ਦੁਖਦਾਈ ਘਟਨਾ, ਤੁਸੀਂ ਪਰਿਵਾਰ ਨੂੰ ਮਿਲ ਕੇ ਆਏ ਹੋ ਜੀ, ਅਤੇ ਇਹਨਾਂ ਨੇ ਮੰਤਰੀ ਸਾਹਿਬ ਨਾਲ ਪਹਿਲਾਂ ਸਾਡੀ ਗੱਲਬਾਤ ਹੋਈ, ਉਹਨਾਂ ਨੇ ਕਿਹਾ 4 ਮੁਸਤਾਂ ਹੋਈਆਂ, ਪੁਸ਼ਟੀ ਅਜੇ ਪਤਾ ਨਹੀਂ ਲੱਗ ਰਹੇ, ਪਿੰਡ ਵਾਲੇ ਕਹਿ ਰਹੇ ਜ਼ਿਆਦੀਆਂ ਹੋਈਆਂ। ਤੁਸੀਂ ਪਤਾ ਕਰਕੇ ਆਏ ਹੋ ਕੀ ਗੱਲਬਾਤ ਹੋਈ ਹੈ, ਕਿਵੇਂ ਕੀ ਕਿਹੜੀ ਦਾਰੂ ਨਾਲ ਹੋਈ ਹੈ, ਕਿਹਦੇ ਨਾਲ ਹੋਈ ਹੈ? ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਹਾਦਸਾ ਵਾਪਰਿਆ ਇਸ ਤੋਂ ਜ਼ਿਆਦਾ ਦੁਖਦਾਇਕ ਜਾਂ ਮੰਦਭਾਗਾ ਕੁਛ ਹੋ ਨਹੀਂ ਸਕਦਾ। ਮੈਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਇੱਕ ਤਾਂ ਹੁੰਦੀ ਹੈ ਕੋਈ ਕੁਦਰਤੀ ਕੋਈ ਆਪਦਾ ਆ ਜਾਂਦੀ ਹੈ, ਕੋਈ ਫਲੱਡ ਆ ਜਾਂਦੇ ਹੈ, ਕੋਈ ਮੀਂਹ ਬਾਰਿਸ਼ ਹਨੇਰੀ ਇਹੋ ਜਿਹਾ ਕੁਛ ਹੋ ਜਾਂਦਾ। ਉੱਥੇ ਤਾਂ ਦੇਖੋ ਆਪਾਂ ਪਰਮਾਤਮਾ ਦਾ ਭਾਣਾ ਮੰਨ ਕੇ ਉਸਨੂੰ ਕਿਸੇ ਨਾ ਕਿਸੇ ਤਰੀਕੇ ਝੱਲ ਲਈਦਾ, ਪਰ ਇਹ ਤਾਂ ਹਿਊਮਨ ਮੇਡ
ਇੱਕ ਜਿਹੜੀ ਹੈਗੀ ਹੈ ਇੰਸੀਡੈਂਟ ਐਕਸੀਡੈਂਟ ਹੈਗਾ, ਐਕਸੀਡੈਂਟ ਵੀ ਨਹੀਂ ਇੰਸੀਡੈਂਟ ਹੈ, ਔਰ ਇਹ ਮਰਡਰ ਤੋਂ ਘੱਟ ਨਹੀਂ ਹੈ ਕਿ ਜਿਹੜੇ ਆਪ ਹੀ ਘਰੇ ਬਿਨਾਂ ਡਿਗਰੀ ਲੈਸ ਕੋਈ ਦਾਰੂ ਬਣਾ ਕੇ 20 ਪੇਟੀਆਂ ਡਿਸਟ੍ਰੀਬਿਊਸ਼ਨ 'ਚ ਆਈਆਂ। 20 ਪੇਟੀਆਂ 'ਚ ਤੁਸੀਂ ਲਗਾਓ ਕਿ 200 ਤੋਂ ਉੱਪਰ ਜਿਹੜੀ ਸ਼ਰਾਬ ਦੀ ਬੋਤਲ ਉਹ ਵੱਖ ਵੱਖ ਸੰਗਰੂਰ ਦੇ ਪਿੰਡਾਂ ਵਿੱਚ ਗਈ ਹੈ। ਤਾਂ ਮੌਤਾਂ ਦੀ ਜੇ ਗੱਲ ਕਰੀਏ ਤਾਂ ਤੁਸੀਂ 5 ਕਿਵੇਂ ਕਹਿ ਰਹੇ ਹੋ ਰਵਿਦਾਸਪੁਰਾ ਟਿੱਬੀ 'ਚ? ਮੇਰੇ ਖਿਆਲ 7 ਮੌਤਾਂ ਜੋਗੀਆਂ ਵੱਲ, 2-3 ਮੌਤਾਂ, 10 ਤੋਂ 11 ਮੌਤਾਂ ਤਾਂ ਇੱਥੇ ਟਿੱਬੀ 'ਚ ਹੋਈਆਂ। ਉਸ ਤੋਂ ਇਲਾਵਾ 2 ਮੌਤਾਂ ਜਖੇਪਲ ਦੀਆਂ ਸੁਣਨ 'ਚ ਆ ਰਹੀਆਂ, ਸ਼ਾਇਦ ਅੱਜ 3 ਹੋ ਗਈਆਂ। 1 ਮੌਤ ਲੌਂਗੋਵਾਲ, ਜਿਹੜੇ ਗੁਜਰਾ ਪਿੰਡ ਹੈ ਸੰਗਰੂਰ ਦਾ, ਉੱਥੇ 7-8 ਮੌਤਾਂ। ਸੋ 22-23 ਮੌਤਾਂ ਜਿਹੜੀਆਂ ਹੈਗੀਆਂ ਇਨ ਟੋਟਲ ਹੋਈਆਂ, ਔਰ ਪਤਾ ਨਹੀਂ 10 ਤੋਂ 15 ਜਣੇ ਰਜਿੰਦਰਾ ਵਿੱਚ ਜਾਂ ਵੱਖ ਵੱਖ ਸੰਗਰੂਰ ਸਿਵਲ ਹਸਪਤਾਲ ਵਿੱਚ ਜਿਹੜੇ ਇਲਾਜ, ਜਿਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ। ਸੋ ਇਹ ਕੋਈ ਇਹੋ ਜਿਹੀ ਲਾਈਟਲੀ ਲੈਣ ਵਾਲੀ ਗੱਲ ਨਹੀਂ, ਔਰ ਇਹ ਜਿਹੜੀਆਂ ਮੌਤਾਂ ਹੈ ਭਾਵੇਂ ਪ੍ਰਸ਼ਾਸਨ ਲੱਖ ਚਾਹੇ, ਜੋ ਟੋਟਲ ਟੈਲੀ ਹੈਗੀ ਹੈ ਉਹ ਤਾਂ ਸਾਹਮਣੇ ਆਈ ਜਾਣੀ ਹੈ। ਮੌਤ ਹੈ, ਕੋਈ ਇਹ ਤਾਂ ਹੈ ਨਹੀਂ ਕਿ ਕੋਈ ਮਾੜੀ ਮੋਟੀ ਕਿਸੇ ਦੇ ਚੁੰਡੀ ਵੱਢੀ ਗਈ ਹੈ, ਜੀ ਗਏ ਨੇ ਪਰਿਵਾਰਾਂ ਦੇ, ਚਿਰਾਗ ਬੁਝੇ ਨੇ। ਸੋ ਜਿਹੜਾ ਐਕਚੁਅਲ ਕਾਊਂਟ ਹੈ ਉਹ ਤਾਂ ਸਾਹਮਣੇ ਆ ਹੀ ਜਾਊਗਾ, ਅੱਜ ਮੰਤਰੀ ਜੀ ਕੁਛ ਮਰਜ਼ੀ ਦਾਅਵੇ ਕਰੀ ਜਾਣ।